ਇਸ ਤੋਂ ਬਾਅਦ ਆਈਐਮ ਇੰਟੀਜੂ ਦੇ ਪੱਸੇੋਂ ਕੇਂਦਰ ਵਾਲਿਆਂ ਨੇ ਵੀ ਕਹਿੰਨੇ ਕਿ ਬਈ ਇੱਕ ਚੂੜੀ ਡੈਟ ਕਰਤੀ ਡਾਕਟਰਾਂ ਦੀ ਕਹਿੰਨੇ ਕਿ ਬਈ ਡਾਕਟਰ ਆ ਜਿਹੜੇ ਉਹਨਾਂ ਨੂੰ ਬਈ ਆ ਪੈਕੇਜ ਪੁਕੀ ਦੇ ਨੇ ਬੰਦ ਕਰੋ ਕੰਪਨੀਆਂ ਨੂੰ ਕਹਿੰਨੇ ਕਿ ਬਈ ਵੈਸੇ ਬੜਾ ਰੌਲਾ ਰੱਪਾ ਪੈਂਦਾ ਐ ਇਹ ਡਾਕਟਰਾਂ ਦਾ ਇਹਦੇ ਤੇ ਪ੍ਰਧਾਨ ਮੰਤਰੀ ਨੇ ਖੁਦ ਕਹਿ ਦਿੱਤਾ ਸੀਗਾ ਜੀ ਬੜਾ ਰੌਲਾ ਪਿਆ ਸੀਗਾ ਖੁਦ ਜਿਹੜੇ ਡਾਕਟਰ ਸੀਗੇ ਕਿਉਂਕਿ ਡਾਕਟਰਾਂ ਦੀਆਂ ਵੀ ਅੱਜਕੱਲ੍ਹ ਜਥੇਬੰਦੀਆਂ ਨੇ ਮੈਨਸ਼ਰ ਆਈਐਮਾ ਵਾਲੇ ਚਲੇਗੇ ਸੀ ਇੱਕ ਵਾਰੀ ਉਹਨਾਂ ਨੇ ਖਾਸਾ ਰੌਲਾ ਰੱਪਾ ਪਾਇਆ ਉਹਨਾਂ ਨੇ ਵਿਰੋਧ ਕੀਤਾ ਸੀਗਾ ਪ੍ਰਧਾਨ ਮੰਤਰੀ ਦਾ ਕਿਉਂਕਿ ਪ੍ਰਧਾਨ ਉਹ ਕੌੜੇ ਬੋਲ ਦਿੱਤੇ ਸੀਗੇ ਤਾਂ ਕੌੜੇ ਫਿੱਕੇ ਸ਼ਬਦ ਜਦੋਂ ਪ੍ਰਧਾਨ ਮੰਤਰੀ ਬੋਲੇਗਾ ਤਾਂ ਫਿਰ ਗੁੱਸਾ ਤੇ ਆਉਂਦਾ ਇਹੋ ਜਿਹਿਆਂ ਜਥੇਬੰਦੀਆਂ ਨੂੰ ਪਰ ਹਕੀਕਤ ਵੀ ਹੈ ਸਾਰੇ ਤੇ ਨਹੀਂ ਕਹਿ ਸਕਦੇ ਆਪਾਂ ਕਿ ਸਾਰੇ ਇਸ ਤਰ੍ਹਾਂ ਦੇ ਹੁੰਦੇ ਆ ਡਾਕਟਰ ਇਮਾਨਦਾਰ ਵੀ ਬਹੁਤ ਨੇ ਐਸੀ ਗੱਲ ਨਹੀਂ ਹੈ ਪਰ ਉਦਾਹਖਰੀ ਵੀ ਚੱਲਦੀ ਹਰ ਇੱਕ ਡਿਪਾਰਟਮੈਂਟ 'ਚ ਤਾਂ ਮੈਡੀਸਨ ਡਿਪਾਰਟਮੈਂਟ ਨੇ ਹੁਣ ਨਵਾਂ ਜ਼ਾਬਤਾ ਜਿਹੜਾ ਉਹ ਕਿਹਾ ਕਿ ਲਾਗੂ ਕਰਵਾਓ ਕਿ ਕੋਈ ਵੀ ਜਿਹੜੇ ਆ ਦਵਾਈਆਂ ਕੰਪਨੀਆਂ ਤੇ ਏਜੰਟ ਹੁੰਦੇ ਆ ਇੱਕ ਤੇ ਆ ਕਿ ਉਹ ਕੋਈ ਵੀ ਤੋਹਫਾ ਵਗੈਰਾ ਕੁਝ ਵੀ ਨਹੀਂ ਦੇ ਸਕਦੇ ਦੂਜਾ ਇਹ ਆ ਕਿ ਅੱਜ ਕੱਲ ਇੱਕ ਹੋਰ ਵੀ ਟ੍ਰੈਂਡ ਜਾਂ ਚੱਲਦਾ ਹੈ ਨਾ ਕਿ ਸੈਰ ਸਪਾਟੇ ਦਾ ਪੈਕੇਜ ਦੇ ਦਿੰਦੇ ਆ ਆ ਕਿ ਘੁੰਮਿਓ ਜੀ ਦਵਾਈ ਸ਼ਵਾਈ ਜਾਓ ਸਿੰਗਾਪੁਰ ਉਹਦੇ ਵਾਸਤੇ ਵੀ ਕਈ ਬਣਤਾ ਬਣ ਜਾਂਦੀਆਂ ਹੁੰਦੀਆਂ ਅੱਜ ਸਪ੍ਰੇਮਾਂ ਵਾਲੇ ਵੱਡੇ ਜਿਹੜੇ ਹੈਗੇ ਨੇ ਕਾਰੋਬਾਰੀ ਇਹ ਵੀ ਦਿੰਦੇ ਨੇ ਇਸ ਤਰ੍ਹਾਂ ਦੇ ਪੈਕੇਜ ਹਾਂਜੀ ਦਿੰਦੇ ਆ ਬੀਆ ਵਾਲੇ ਵੀ ਦਿੰਦੇ ਨੇ ਜੀ ਉਹਦੇ ਚ ਉਹ ਕੀ ਕਰਦੇ ਨੇ ਕਿ ਕਈ ਥਾਂ ਹੀ ਫਿਰ ਅਵੇਂ ਕੋਈ ਗੋਸ਼ਟੀ ਰੱਖ ਲਈ ਕੋਈ ਸਮੇਲਨ ਰੱਖ ਲਿਆ ਕਾਗਜ਼ੀ ਕਿ ਲਓ ਜੀ ਇੱਥੇ ਜੀ ਇਹਨਾਂ ਨੇ ਜਾ ਕੇ ਬੋਲਣ ਆਇਆ ਜਾਂ ਇਹਨਾਂ ਨੇ ਜਾ ਕੇ ਹਿੱਸਾ ਲੈਣ ਆਇਆ ਤਾਂ ਉਹਨਾਂ ਨੇ ਕਿਹਾ ਕਿ ਜ਼ਾਬਤੇ ਦੇ ਮੁਤਾਬਕ ਇਹ ਵੀ ਚੀਜ਼ ਨਹੀਂ ਹੋਏਗੀ ਕਿ ਤੁਸੀਂ ਕਿਸੇ ਨੂੰ ਇਹ ਚੀਜ਼ਾਂ ਵੀ ਸਪான்ਸਰ ਨਹੀਂ ਕਰ ਸਕਦੇ ਪਰ ਫਿਰ ਰੌਲਾ ਤੇ ਇਹਨਾਂ ਚੀਜ਼ਾਂ ਦਾ ਇਹ ਨਾ ਕਿ ਮਾਨ ਸਾਹਿਬ ਲਾਗੂ ਕਰੇਗਾ ਕੌਣ ਤੇ ਕਿਸ ਢੰਗ ਨਾਲ ਲਾਗੂ ਕਰੇਗਾ ਕਿਉਂਕਿ ਇਹ ਤੰਤਰ ਬਹੁਤ ਬਰੀਕੀ ਨਾਲ ਬਣਾਉਣ ਦੀ ਜ਼ਰੂਰਤ ਹੈ ਨਾ ਹਰੇਕ ਡਾਕਟਰ ਤੇ ਹਰੇਕ ਹਸਪਤਾਲ ਚ ਨਿਗਰਾਨੀ ਰੱਖਣੀ ਤੰਤਰ ਦੇਖੋ ਨਾ ਕਿੰਨਾ ਵੱਡਾ ਬਣਨਾ ਚਾਹੀਦਾ ਪਰ ਇਹ ਅਫਸੋਸ ਦੀ ਗੱਲ ਹੈ ਕਿ ਸਾਡੀ ਇਥੋਂ ਦੀ ਸਿਹਤ ਪ੍ਰਣਾਲੀ ਦੇ ਵਿੱਚ ਹੁਣ ਤੱਕ ਅਜਿਹੇ ਤੰਤਰ ਨਾਲੇ ਬਹੁਤ ਰੌਲਾ ਪੈਂਦਾ ਦਵਾਈਆਂ ਲਿਖਣ ਲਿਖਾਉਣ ਦਾ ਆ ਪੰਜਾਬ ਚ ਇੱਕ ਵਾਰੀ ਰੌਲਾ ਪੈ ਗਿਆ ਜੀ ਜਨਰਿਕ ਦਵਾਈਆਂ ਔਰ ਕਿੰਨਾ ਕੰਮ ਚੱਲਿਆ ਸੀ ਯਾਦ ਆ ਤੁਹਾਨੂੰ ਸੋਸ਼ਲ ਮੀਡੀਆ ਤੇ ਜੀ ਜੀ ਭਾਈ ਸਾਹਿਬ ਪਤਾ ਨਹੀਂ ਕਿੱਧਰ ਗਏ ਉਹ ਗਾਇਬ ਹੀ ਹੋ ਗਏ ਮਤਲਬ ਕਿ ਉਹ ਚੀਜ਼ਾਂ ਜਿਹੜੀਆਂ ਨੇ ਹਮੇਸ਼ਾ ਇੱਥੇ ਡਿਸਕੋਰਸ ਦਾ ਹਿੱਸਾ ਰਹੀਆਂ ਨੇ ਪਰ ਹੁਣ ਤੱਕ ਠੀਕ ਆ ਇਸ ਤਰ੍ਹਾਂ ਦੇ ਕੈਦੇ ਵੀ ਬਣ ਜਾਂਦੇ ਆ ਕਾਨੂੰਨ ਵੀ ਬਣ ਜਾਂਦੇ ਆ ਪਰੰਤੂ ਜੋ ਜਾਪ ਤਾਂ ਕੋਈ ਵੀ ਆ ਉਹ ਤਦੇ ਕਾਰਗਰ ਆ ਨਾ ਜੇ ਉਹਨੂੰ ਲਾਗੂ ਤੁਸੀਂ ਬਿਹਤਰੀਨ ਢੰਗ ਨਾਲ ਕਰੋਗੇ ਜੇ ਉਹ ਲਾਗੂ ਹੀ ਨਹੀਂ ਹੋ ਸਕੇਗਾ ਤਾਂ ਫਿਰ ਕਾਗਜ਼ਾਂ ਦੇ ਵਿੱਚ ਤਾਂ ਬਥੇਰਾ ਕੁਝ ਪਿਆ ਸੰਵਿਧਾਨ ਕਿਤੇ ਛੋਟਾ ਹੈ ਕਾਨੂੰਨ ਕਿਤੇ ਥੋੜੇ ਆ ਸੋ ਉਹ ਤਾਂ ਫਿਰ ਪੈ ਹੀ ਆ ਉੱਥੇ ਵਿਲਕੀ ਜਾਂਦੇ ਆ ਜੀ ਗੱਲ ਤੇ ਤੰਤਰ ਦੀ ਹੈ ਨਾ ਕਿ ਤੰਤਰ ਵਿਕਸਤ ਕਰ ਲੈਣਾ ਤੰਤਰ ਬਣਾ ਲੈਣਾ ਉਹ ਆਪਣੀ ਜਗ੍ਹਾ ਤੰਤਰ ਨੂੰ ਇੱਕ ਠੋਸ ਢੰਗ ਨਾਲ ਅਮਲ 'ਚ ਲੈ ਆਉਣਾ ਉਹ ਦੂਸਰੀ ਗੱਲ ਹੈ ਜਿਹੜੀ ਵੱਡੀ ਗੱਲ ਹੈ ਗੱਲ ਤਾਂ ਇਹ ਹੈ ਨਾ ਕਿ ਅਫਸਰਾਂ ਦੇ ਉੱਤੇ ਉਹ ਅਫਸਰ ਕਿਵੇਂ ਲਗਾਮ ਕੱਸਣਗੇ ਉੱਥੇ ਆ ਕਿ ਕਹਾਣੀਆਂ ਕਿ ਅੱਗੇ ਡਾਕਟਰਾਂ ਤੇ ਹੁਣ ਜਿੱਦਾਂ ਕਿ ਡਾਕਟਰ ਕਿਉਂਕਿ ਸਿਹਤ ਵਿਭਾਗ ਦੇ ਵਿੱਚ ਜ਼ਿਆਦਾਤਰ ਉੱਚੇ ਲਿਆਉਂਦੇ ਆ ਤੇ ਉੱਥੇ ਲੀਡਰ ਬੈਠਾ ਹਰੇਕ ਮਾਮਲੇ 'ਚ ਹਿੱਸਾ ਹੋਦਾ ਸ਼ੇਅਰ ਹੋਦੇ ਆ ਜੀ ਉਹ ਉਹਨੇ ਉਹਦਾ ਤੰਤਰ ਤੇ ਬੜਾ ਤਗੜਾ ਹੁੰਦਾ ਲੀਡਰ ਦਾ ਉਹਨੂੰ ਤੇ ਪਤਾ ਹੁੰਦਾ ਕਿ ਸੱਟੇ ਵਾਲਾ ਕਿੰਨੇ ਕਮਾਰਿਆ ਉਹਨੂੰ ਤੇ ਪਤਾ ਹੁੰਦਾ ਕਿ ਫਲਾਣਾ ਨਜਾਇਜ਼ ਸ਼ਰਾਬ ਵੇਚਣ ਵਾਲਾ ਰਾਤ ਨੂੰ ਕਿੰਨੀ ਸੇਲ ਕਰ ਰਿਹਾ ਹੈ ਨਸ਼ੇ ਵਾਲਾ ਕਿੰਨੀ ਸੇਲ ਕਰ ਰਿਹਾ ਉਹਨੂੰ ਤੇ ਇੱਥੋਂ ਤੱਕ ਮੈਨੂੰ ਲੱਗਦਾ ਕਿ ਇਹਨਾਂ ਨੂੰ ਤੇ ਇਹ ਵੀ ਪਤਾ ਹੋਣਾ ਕਿ ਕਿਹੜੇ ਕਸਾਈ ਦਾ ਬੱਕਰਾ ਕਿੰਨਾ ਵੇਖਦਾ ਨਹੀਂ ਤਾਂ ਭਾਈ ਤੇਰੇ ਖੋਖੇ ਤੇ ਵੀ ਰਿੜ ਅਨੇਕ ਘਟੋ ਘਟ ਚਲੋਏ ਆ ਗੱਲ ਕਿ ਜਿਹੜੇ ਸਰਕਾਰੀ ਡਾਕਟਰ ਨੇ ਉਹਨਾਂ ਦੀ ਤੁਸੀਂ ਬਈ ਪਾਸਪੋਰਟ ਵਗੈਰਾ ਘਟੋ ਘਟ ਉਹਨਾਂ ਦੀ ਥੋੜੀ ਨਿਗਰਾਨੀ ਰੱਖੋ ਪਤਾ ਕਰਕੇ ਲੱਗਦੇ ਰਹੋ ਕਿ ਬਈ ਉਹਨਾਂ ਚੁੱਤਾਂ ਨੂੰ ਇਸ ਤਰ੍ਹਾਂ ਦੇ ਨਾਲ ਜਾਂਦਾ ਘਟੋ ਘਟ ਉਹਨਾਂ ਤੇ ਰੁਕ ਟੋਕ ਕਰਨ ਦੇ ਪ੍ਰਾਈਵੇਟ ਸੈਕਟਰ ਦੇ ਵੀ ਡਿਊਟੀ ਪ੍ਰਤੀ ਉਹ ਵੀ ਇਮਾਨਦਾਰ ਬੰਨਾ ਚਾਹੀਦਾ ਹਾਂ ਮੈਂ ਕਹਿੰਨਾ ਕਿ ਤਨਖਾਹਾਂ ਇੰਨੀਆਂ ਹੋਣੀਆਂ ਚਾਹੀਦੀਆਂ ਕਿ ਬੰਦੇ ਦਾ ਖੁੱਲਾ ਗੁਜ਼ਾਰਾ ਹੋਵੇ ਜਿਨ੍ਹਾਂ ਨੇ ਬਹੁਤ ਮਹਿੰਗੀ ਪੜਾਈ ਕੀਤੀ ਆ ਪਰ ਦੂਸਰੇ ਪਾਸੇ ਕਿ ਜਿਹੜੀ ਤੁਹਾਨੂੰ ਚੇਅਰ ਮਿਲਦੀ ਹੈ ਸੀਟ ਮਿਲਦੀ ਹੈ ਉਦੇ ਪ੍ਰਤੀ ਵੀ ਤੁਹਾਡਾ ਸਮਰਪਣ ਭਾਵ ਜਿਹੜਾ ਨੋ ਜ਼ਬਰਦਸਤ ਹੋਣਾ ਚਾਹੀਦਾ ਜੀ ਇਹ ਚੀਜ਼ਾਂ ਲਾਜ਼ਮੀ ਆ ਜੀ ਤਾਂ ਜੇ ਚੀਜ਼ਾਂ ਇਹ ਠੀਕ ਹੋ ਜਾਣ ਤਾਂ ਉਹ ਆਪਣੇ ਆਪ ਹੀ ਤੂਫੇ ਤੋਂ ਤੌਬਾ ਕਰਨਗੇ ਵੱਖਣਗੇ ਨਹੀਂ ਬਈ ਸਾਨੂੰ ਲੋੜ ਹੀ ਨਹੀਂ ਸੀ ਦੀ ਜੀ